ਅੱਜ ਤੰਦਰੁਸਤ ਪੰਜਾਬ ਮੁਹਿੰਮ ਦੇ ਤਹਿਤ ਸੂਬੇ ਭਰ ਦੇ ਵਿੱਚ ਜ਼ਿਲ੍ਹਾ ਪੱਧਰ 'ਤੇ ਮੈਰਾਥੋਨ ਕਰਵਾਈ ਗਈ। ਇਹ ਮੈਰਾਥੋਨ ਲੋਕਾਂ ਨੂੰ ਸਿਹਤ ਪ੍ਰਤੀ ਜਾਗਰੂਕ ਕਰਾਉਣ ਦੇ ਲਈ ਕਰਵਾਈ ਗਈ ਅਤੇ ਲੋਕਾਂ ਨੇ ਪੂਰੇ ਉਤਸ਼ਾਹ ਦੇ ਨਾਲ ਦੌੜ ਦੇ ਵਿੱਚ ਹਿੱਸਾ ਵੀ ਲਿਆ। ਇਹ ਵੱਖ ਵੱਖ ਤਸਵੀਰਾਂ ਜੋ ਤੁਸੀਂ ਦੇਖ ਰਹੇ ਹੋ, ਇਹ ਤਸਵੀਰਾਂ ਨੇ ਪੰਜਾਬ ਭਰ 'ਚ ਕਰਵਾਈ ਗਈ ਮੈਰਾਥਨ ਦੀਆਂ। ਇਸ ਮੈਰਾਥਨ 'ਚ ਪੰਜਾਬ ਤੋਂ ਇਲਾਵਾ ਦੇਸ਼ ਭਰ ਦੇ ਦੌੜਾਕਾਂ ਨੇ ਹਿੱਸਾ ਲਿਆ। ਦੌੜਾਕਾਂ ਤੋਂ ਇਲਾਵਾ ਇਸ ਮੈਰਾਥਨ 'ਚ ਆਮ ਲੋਕਾਂ ਨੇ ਵੀ ਵੱਧ ਚੜ੍ਹ ਕੇ ਸ਼ਮੂਲੀਅਤ ਕੀਤੀ। ਅੱਛਾ ਲੱਗਦਾ ਸਰ। ਪਹਿਲੀ ਵਾਰ ਆਪ ਪਾਰਟਿਸਿਪੇਟ ਕਰ ਰਹੇ ਹੈ? ਹਾਂਜੀ, ਪਹਿਲੀ ਵਾਰ ਪਾਰਟਿਸਿਪੇਟ। ਹਾਂਜੀ, ਕਿੰਨੇ ਕਿਲੋਮੀਟਰ ਮੇਂ ਆਪ ਕਰ ਰਹੇ ਹੈਂ? 10 ਕਿਲੋਮੀਟਰ ਸਰ। 10 ਕਿਲੋਮੀਟਰ। ਕਿੰਨੇ ਕਿਲੋਮੀਟਰ ਵਾਲੀ ਸੀਗੀ ਇਹ? 21 ਕਿਲੋਮੀਟਰ। 21 ਕਿਲੋਮੀਟਰ। ਕਿੰਨੇ ਦੇਰ ਤੋਂ ਪੂਰੀ ਕੀਤੀ? 1 ਘੰਟਾ ਤੱਕ। 1 ਘੰਟਾ। ਤੇ ਹੁਣ ਤੁਹਾਨੂੰ ਇਹ ਅਵਾਰਡ ਮਿਲੇ, ਮੈਡਲ ਮਿਲੇ ਹੈਗੇ ਤਾਂ ਇਹ ਮੈਡਲ ਜਿਹੜਾ ਹੈ ਇਹਨਾਂ ਨੂੰ ਮਿਲਿਆ। ਇਹਨਾਂ ਨੇ ਸਵੇਰੇ 5 ਵਜੇ ਰੇਸ ਸ਼ੁਰੂ ਕੀਤੀ ਸੀ ਅਤੇ 21 ਕਿਲੋਮੀਟਰ ਦੀ ਰੇਸ ਜਿਹੜੀ ਹੈਗੀ ਹੈ ਇਹਨਾਂ ਵੱਲੋਂ ਕੰਪਲੀਟ ਕੀਤੀ ਗਈ। ਕਿਹੋ ਜਿਹਾ ਤੁਹਾਨੂੰ ਮਹਿਸੂਸ ਹੋ ਰਿਹਾ ਸਵੇਰੇ ਸਵੇਰੇ ਉੱਠ ਕੇ ਮੈਰਾਥਨ ਦੇ ਵਿੱਚ? ਰਾਜਨੀਤਿਕ ਲੋਕਾਂ, ਫਿਲਮੀ ਹਸਤੀਆਂ ਤੋਂ ਇਲਾਵਾ ਇਸ ਮੈਰਾਥਨ ਦਾ ਕੇਂਦਰ ਬਿੰਦੂ 103 ਸਾਲ ਦੀ ਦੌੜਾਕ ਬੇਬੇ ਮਾਨ ਕੌਰ ਰਹੀ, ਜਿਸ ਨੇ ਲੋਕਾਂ ਨੂੰ ਸਿਹਤ ਸੰਬੰਧੀ ਜਾਗਰੂਕ ਰਹਿਣ ਦਾ ਸੁਨੇਹਾ ਦਿੱਤਾ। ਤਾਂ ਤੁਸੀਂ ਦੇਖ ਸਕਦੇ ਹੋ ਕਿ 103 ਸਾਲਾਂ ਦੇ ਬਜ਼ੁਰਗ ਮਾਤਾ ਮਾਨ ਕੌਰ ਜੀ ਜਿਹੜੇ ਹੈਗੇ ਇੱਥੇ ਮੌਜੂਦ ਹੈਗੇ ਨੇ, ਜਿਹੜੇ ਕਿ ਅੱਜ ਇਸ ਮੈਰਾਥੋਨ ਦੇ ਵਿੱਚ ਭਾਗ ਲੈਣ ਦੇ ਲਈ ਪਹੁੰਚੇ ਹੈਗੇ ਨੇ। ਕਿੱਦਾਂ ਤੁਹਾਨੂੰ ਮਹਿਸੂਸ ਹੋ ਰਿਹਾ ਹੈਗਾ ਜਦੋਂ ਤੁਸੀਂ ਇਹਨੇ ਨੌਜਵਾਨ ਬੱਚੇ ਦੇਖਦੇ ਹੈਗੇ ਹੋ ਦੌੜਾਂ ਦੇ ਵਿੱਚ ਭਾਗ ਲੈਂਦੇ ਹੈਗੇ ਨੇ, ਤੁਹਾਨੂੰ ਕਿੰਨਾ ਕੀ ਖੁਸ਼ੀ ਮਹਿਸੂਸ ਹੋ? ਮੈਨੂੰ ਬਹੁਤ ਖੁਸ਼ੀ ਮਿਲ ਰਹੀ ਹੈ। ਮੈਂ ਤਾਂ ਕਹਿੰਦੀ ਹਾਂ, ਇਹ ਕਹਿੰਦੀ ਹਾਂ ਬੱਚਿਆਂ ਨੂੰ ਵੀ ਭਾਈ ਚੰਗੇ ਖਾਓ, ਚੰਗਾ ਪਹਿਨੋ, ਚੰਗੇ ਖਿਆਲ ਤੁਹਾਡੇ ਹੋਣਗੇ। ਜੇ ਤੁਸੀਂ ਮਾੜੀਆਂ ਚੀਜ਼ਾਂ ਖਾਓ ਤੁਹਾਡੇ ਮਾੜੇ ਖਿਆਲ ਹੋ ਜਾਣਗੇ। ਇਸ ਕਰਕੇ ਕਹਿੰਦੇ ਵੀ ਚੰਗੇ ਖਾਓ, ਚੰਗੇ ਪਹਿਨੋ, ਦੌੜਾਂ ਲਾਓ ਸੋਹਣੀ ਚੰਗੀ ਤਰ੍ਹਾਂ। ਨੌਜਵਾਨ ਪੀੜ੍ਹੀ ਦੀ ਜੇਕਰ ਆਪਾਂ ਗੱਲ ਕਰੀਏ ਤਾਂ ਜਿਸ ਤਰੀਕੇ ਨਾਲ ਨੌਜਵਾਨ ਪੀੜ੍ਹੀ ਜਿਹੜੀ ਹੈਗੀ ਹੈ ਨਵੇਂ ਰਾਹ ਦੇ ਉੱਤੇ ਤੁਰ ਪਈ ਹੈਗੀ ਹੈ, ਲਾਈਫ ਸਟਾਈਲ ਬਿਲਕੁਲ ਚੇਂਜ ਹੋ ਚੁੱਕਿਆ ਹੈਗਾ, ਉੱਠਣਾ ਬੈਠਣਾ ਖਾਣਾ ਪੀਣਾ ਉਹਨਾਂ ਦਾ ਚੇਂਜ ਹੋ ਚੁੱਕਿਆ ਹੈਗਾ, ਉਹਨਾਂ ਨੂੰ ਕੀ ਤੁਸੀਂ ਮੈਸੇਜ ਦੇਣਾ ਚਾਹੁੰਦੇ ਹੋ? ਕਹਿੰਦੇ ਤੁਸੀਂ ਚੰਗੀਆਂ ਚੰਗੀਆਂ ਬਾਜ਼ਾਰ ਚੀਜ਼ ਕੋਈ ਨਾ ਖਾਓ, ਬਾਜ਼ਾਰ ਦੀ ਚੀਜ਼ ਖਾ ਕੇ ਬਿਮਾਰ ਹੋਣਗੇ, ਨਾ ਦੌੜੇ ਜਾਵੇ ਨਾ ਕੁਛ ਹੋਵੇ। ਇਸ ਕਰਕੇ ਕਹਿੰਦੇ ਵੀ ਭਾਈ ਤੁਸੀਂ ਚੰਗੀਆਂ ਚੀਜ਼ਾਂ ਖਾਓ, ਚੰਗੇ ਬਣੋ, ਚੰਗੇ ਦੌੜਾਂ ਲਾਓ ਸੋਹਣੀ ਤਰ੍ਹਾਂ, ਅਤੇ ਮਾਂ ਬਾਪ ਦਾ ਵੀ ਧਿਆਨ ਰੱਖੋ। ਜੇ ਮਾਂ ਬਾਪ ਇਹ ਨਾ ਹੋਵੇ ਤੁਸੀਂ ਕਿਤੇ ਉਹ ਵਿਚਾਰੇ ਤਰਸਦੇ ਰਹਿਣ। ਵੀ ਇਹੀ ਕਹਿੰਦੇ ਵੀ ਹਰ ਵਾਰ ਤਾਂ ਤੁਸੀਂ ਮਾਂ ਬਾਪ ਦੀ ਆਗਿਆਕਾਰ 'ਚ ਰਹੋ, ਚੰਗੇ ਤੁਹਾਡੇ ਖਿਆਲਾਤ ਹੋਣਗੇ, ਇਸ ਕਰਕੇ ਮੈਂ ਦੌੜਾਂ ਵੀ ਸੋਹਣੀਆਂ ਲਾਉਂਗੇ। ਹਾਂ ਬਿਲਕੁਲ, ਤਾਂ ਤੁਸੀਂ ਦੇਖ ਸਕਦੇ ਹੈਗੇ ਹੋ ਕਿ ਇੱਕ ਮੋਟੀਵੇਸ਼ਨ ਜਿਹੜੀ ਹੈਗੀ ਹੈ ਇਹ ਸਾਰੇ ਬੱਚਿਆਂ ਵਾਸਤੇ ਮਾਤਾ ਮਾਨ ਕੌਰ ਜੀ ਜਿਹੜੇ ਹੈਗੇ ਆ ਉਹ ਦੇ ਰਹੇ ਨੇ ਕਿ ਇਹਨਾਂ ਨੂੰ ਇੱਕ ਮੈਸੇਜ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈਗੀ ਕਿ ਚੰਗਾ ਖਾਓ ਪੀਓ, ਚੰਗਾ ਜਿਹੜਾ ਹੈ ਆਪਣਾ ਲਾਈਫ ਸਟਾਈਲ ਰੱਖੋ ਤਾਂ ਕਿ ਤੁਸੀਂ ਆਪਣੀ ਸਿਹਤ ਜਿਹੜੀ ਹੈਗੀ ਆ ਉਹ ਤੰਦਰੁਸਤ ਰੱਖ ਸਕੋ। ਕੈਮਰਾਮੈਨ ਗੌਰਵ ਦੇ ਨਾਲ ਗਗਨਦੀਪ ਸਿੰਘ, ਨਿਊਜ਼ ਪੰਜਾਬ, ਮੋਹਾਲੀ।